हाँ जी वेलकम बैक गाइस, की हाल चाल है सारे दे। होप करदा बहुत ही ज़्यादा घेंट होवोंगे सारे। बंदी छोड़ दिवस दियाँ ते दिवाली दियाँ सारे नूं लख लख वधाइयां। ते आपां पिछे लड़ियां ला के हटे सीगे, ते पहला मैं लड़ियां लेके आया सीगा, बाजार गया सी मैं 5 बजे गया सीगा, ते उत्थे थोड़ा बहुत टाइम लग गया, उत्थे व्लॉग नहीं बनाया क्योंकि अज बाजार विच बहुत ही ज़्यादा ट्रैफिक सीगा। ते एक मैं गया बाइक ते सीगा, बाइक ते बनाउणा बहुत ही ज़्यादा औखा हो जांदा वा। बाकी अज आपां पटाके चलाउणे आ फैमिली नाल, ते कह दिए कि बहुत टाइम बाद फैमिली नाल पटाके चलाउण लग गया, नहीं तां कह दिए कि यारां दोस्तां नाल। यार दोस्त भी कहदे यार हर्ष आ ना इक, ते बाकी दो चार जिहड़े मेन अपने खास तुहानू पता ही आ किहड़े किहड़े ब्लॉगां विच आउंदे आ, सारे खास ही हुंदे आ। ते उहनां नाल अग्गे पटाके चलाउंदे हुंदे सीगे, ते लास्ट ते घरे आ के चलाउंदे हुंदे सी। ते अज दी जिहड़ी दिवाली आ उह अज आपां घरे मनाउणी आ। हुण आपां सब तों पहलां श्री गुरद्वारा साहिब चलदे आ, पहलां आपां तिआर हो जाईए। तां हां जी गाइज़, फाइनली हुण आपां हो गए तिआर, ते बाकी दुबारा सारिआं नूं इक वारी विश कर दो हैप्पी दिवाली। हैप्पी दिवाली तुहाडी फैमिलीज नूं, तुहानू सब नूं। हां, ते गुरुद्वारा साहिब जाण तों पहलां पहलां आपां चलांगे हर्ष दे घरे। हर्ष दे घरे डब्बा दे के आउने आ सब तों पहलां, फिर आपां चल जांगे श्री गुरुद्वारा साहिब, ते बाद च आपां पटाके चलावांगे। पटाके दी रस्म आपां बहुत ही तरीके नाल निभावांगे। तुसीं तां शायद रस्म ही हुंदी, उह वी इक ਤੁਸੀਂ ਤਾਂ ਥੋੜੇ ਚਲਾਓਗੇ ਨਾ? ਨਾ ਬਰਾਬਰ ਦੇ ਲਓ, ਕਹਿਣਾ ਹੀ ਹੁੰਦਾ, ਪਰ ਇਹ ਡਰਦੀਆਂ ਬਹੁਤ ਹੁੰਦੀਆਂ ਕੁੜੀਆਂ, ਮੈਨੂੰ ਪਤਾ। ਚਲੋ ਦੇ ਦਿਓ। ਤੇ ਚਲੋ ਜੀ, ਹੁਣ ਮੰਮੀ ਵੀ ਹੋ ਗਏ ਆ ਤਿਆਰ, ਤੇ ਵੈਸੇ ਤਾਂ ਮੰਮੀ ਤਾਂ ਬਹੁਤ ਟਾਈਮ ਦੇ ਤਿਆਰ ਆ, ਇਹ ਪਹਿਲਾਂ ਪਿੰਡ ਗਏ ਹੋਏ ਸੀਗੇ, ਪਿੰਡ ਦੀਵੇ ਲਾ ਕੇ ਆਏ ਆ, ਤੇ ਹੁਣ ਆ ਕੇ ਘੱਟੋ ਘੱਟ ਇਹਨਾਂ ਨੂੰ 6 ਵੱਜ ਹੀ ਗਏ ਆ, ਘੰਟਾ ਲੱਗ ਗਿਆ ਨਾ ਹੁਣ। ਬਾਕੀ ਚਲੋ ਵਿਸ਼ ਕਰ ਦਿਓ ਤੁਸੀਂ ਵੀ, ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਹੋਪ ਕਰਦਾ ਸਾਰਿਆਂ ਦੇ ਫੈਮਿਲੀ ਨਾਲ ਬਹੁਤ ਹੀ ਵਧੀਆ ਦੀਵਾਲੀ ਮਨਾ ਰਹੇ ਹੋਵੋਗੇ, ਕਿਉਂਕਿ ਵਲੌਗ ਇੱਕ ਦਿਨ ਲੇਟ ਆਊਗਾ, ਮੈਨੂੰ ਪਤਾ ਵਾ ਐਡੀਟਿੰਗ ਵਗੈਰਾ ਨੂੰ ਟਾਈਮ ਲੱਗ ਹੀ ਜਾਂਦਾ। ਤੇ ਹੁਣ ਆਪਾਂ ਚੱਲਦੇ ਹਾਂ ਹਰਸ਼ ਘਰੇ, ਤੇ ਉੱਥੇ ਜਾ ਕੇ ਮਿਲਦੇ ਹਾਂ। ਬਾਏ ਬਾਏ ਨਹੀਂ, ਹੈ ਤਾਂ ਵਲੌਗ ਬਣ ਰਿਹਾ ਵਾ, ਇਹ ਤਾਂ ਸਟਾਰਟਿੰਗ ਕੀਤੀ ਆ, ਤੁਸੀਂ ਪਹਿਲੇ ਹੀ ਬਾਏ ਬਾਏ ਕਰਤੀ। ਤੇ ਚਲੋ ਹੁਣ ਆਪਾਂ ਚੱਲਦੇ ਹਾਂ ਹਰਸ਼ ਘਰੇ। ਹੁਣ ਆਪਾਂ ਆ ਗਏ ਹਾਂ ਫਾਈਨਲੀ ਹਰਸ਼ ਕੇ ਘਰੇ, ਤੇ ਘਰ ਦੇ ਬਾਈ ਵਿਸ਼ ਸਾਰਿਆਂ ਨੂੰ ਹੈਪੀ ਬਰਥਡੇ ਬਾਈ। ਨਹੀਂ ਬਾਈ, ਹੈਪੀ ਬਰਥਡੇ ਨਹੀਂ, ਹੈਪੀ ਦੀਵਾਲੀ। ਦੀਵਾਲੀ ਬਾਈ ਸਾਰਿਆਂ ਨੂੰ, ਤੇ ਬਹੁਤ ਵਧੀਆ ਲੱਗ ਰਿਹਾ। ਲੜੀਆਂ ਦੇਖੋ ਕਿਵੇਂ ਲੱਗ ਰਹੀ, ਪਹਿਲਾਂ ਉਹ ਦੱਸੋ ਸਾਨੂੰ। ਇਹ ਸਵੈ ਮੈਂ ਆਪਦੇ ਹੱਥਾਂ ਨਾਲ ਲਾਈਆਂ ਨੇ। ਨਾ 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 ਬਾਈ, 1600 ਰੁਪਏ ਮਿਸਤਰੀ ਲੈ ਗਏ, ਸਾਰਾ ਸਰ ਝੂਠ। ਉਹ 1600 ਰੁਪਏ ਉਹਦੇ ਹੱਥਾਂ ਨਾਲ ਦਿੱਤਾ ਮਿਸਤਰੀ ਨੂੰ। ਸਹੀ ਗੱਲ ਹੈ, ਇਹ ਤੂੰ ਕਹਿ ਸਕਦਾ ਵੀਰੇ। ਸਸੀਆ ਵੀਰੇ, ਵਧੀਆ ਵੀਰੇ, ਕਿਵੇਂ ਹੋ? ਹੈਪੀ ਬਰਥਡੇ, ਇਹ ਵੀ ਗੱਲ ਹੈ, ਹੈਪੀ ਬਰਥਡੇ ਨਿਕਲਦਾ। ਯਾਰ ਮੇਰਾ ਬਰਥਡੇ ਥੋੜੀ ਆ, ਹੈਪੀ ਦੀਵਾਲੀ ਆ, ਹੈਪੀ ਦੀਵਾਲੀ। ਮੈਂ ਲੜੀਆਂ ਦੂਜੀਆਂ ਲੈ ਆਇਆ ਗਲਤੀ ਨਾਲ, ਜਿਹੜੀਆਂ ਹਾਂ ਉਹਦੀ ਲਾਈਟ ਥੋੜੀ ਜਿਹੀ ਮੈਂ ਹਾਂ ਉਹਦੀ ਲਾਈਟ ਘੱਟ ਲੱਗਦੀ ਹੈ ਨਾ, ਜਿਵੇਂ ਇਹ ਇੱਕ ਦਮ ਇਦਮ ਜੈਨੂਨ ਲੱਗਦੀਆਂ ਦੇਖ ਜੋ ਇਹ ਇਹ ਵਧੀਆ ਲੱਗਦੀਆਂ, ਇਹ ਵਧੀਆ ਲੱਗਦੀਆਂ, ਉਹ ਵੀ ਘੈਂਟ ਲੱਗਦੀਆਂ ਨਾਲ ਦੀਆਂ। ਹਾਂ ਹਾਂ, ਇਦਾਂ ਰੰਗ ਘੈਂਟ ਲੱਗਦੇ ਯਾਰ, ਥੋੜੀ ਐ ਘੈਂਟ ਆ ਵੀ ਲੱਗਦੀਆਂ, ਉਹ ਵੀ ਐ ਮੇਰੀ ਗੱਲ ਨਹੀਂ। ਪਰ ਉਹ ਦੇਖ, ਉਹ ਦੇਖ, ਐ ਦੇ ਹੁਣ ਵੀਡੀਓ ਦੇਖਦੀਆਂ ਨਹੀਂ ਉਹ, ਮੈਂ ਬੜਾ ਕੋਸ਼ਿਸ਼ ਕੀਤੀ, ਮੈਂ ਕਿਹਾ ਵੀਡੀਓ ਦੇਖਣ ਗਿਆ, ਤੇ ਇੱਧਰ ਦੇਖ ਹੁਣ ਕਿੰਨੀਆਂ ਦੇਖਦੀਆਂ, ਲੈ ਤੇ ਉਹ ਦੇਖਦੀਆਂ ਨਹੀਂ। ਇਹੀ ਚੀਜ਼ ਬਾਈ ਮੇਰੇ ਨਾਲ ਹੋਈ, ਚਾਂਦੀ ਸੋਨਾ। ਹੁਣ ਜਿਵੇਂ ਦੇਖਣੀਆਂ ਨਾ ਘਰੇ, ਮੈਂ ਇਦਾਂ ਦੇਖ ਸਕਦਾ ਕਿ ਹਾਂ ਸਾਡੇ ਲੜੀਆਂ ਲੱਗੀਆਂ, ਪਰ ਉਦਾਂ ਨਹੀਂ ਵੀਡੀਓ 'ਚ ਨਹੀਂ ਆਉਂਦੀਆਂ, ਵੀਡੀਓ ਨਕਲੀ ਆ ਲਾਉਂਦੀਆਂ। ਸਪੈਸ਼ਲੀ ਮੈਂ ਸਵੈਮ ਆਪਦੇ ਹੱਥਾਂ ਨਾਲ ਲਾਈਆਂ, ਇੱਕ ਇੱਕ ਲੜੀ ਲਾਉਂਦੇ 30-40 ਰੁਪਏ ਲੈਂਦੇ ਆ ਇਹ, ਜੋ ਇੱਕ ਲੜੀ ਇਧਰ ਲੰਕਾਈ। ਇਹ ਲੜੀਆਂ ਤੂੰ ਹੀ ਲੈ ਕੇ ਆਣਾ, 40 ਰੁਪਏ ਸੀਦੀ ਆਪ ਉਹ 1600 ਰੁਪਏ ਤਾਂ ਲੈ ਗਈ ਕਿਉਂਕਿ ਅਸੀਂ ਹੋਰ ਵੀ ਬਹੁਤ ਸਮਾਨ ਲਵਾਇਆ ਸੀ, ਟਿਊਬਾਂ ਵਗੈਰਾ। ਠੀਕ ਆ ਠੀਕ ਆ, ਨਹੀਂ ਸੋਹਣੀਆਂ ਲੱਗੀਆਂ ਵਾ, ਉਹ ਵੀ ਲੜੀ ਨਵੀਂ ਦਵਾਈ ਆ ਪਰ ਜਿਹੜੀ ਉਹ ਨਵੀਂ ਆ, ਉਹ ਵੀ ਨਵੀਂ ਲਵਾਈ ਆ, ਖਰਾਬ ਹੋ ਗਈ ਸੀ ਬੜੀ ਭੜੀ। ਬਾਕੀ ਹਨਾ ਯਾਰ ਅੱਗੇ ਦੇਖੋ, ਅੱਗੇ ਮੈਂ ਤੇ ਮੇਰਾ ਭਰਾ ਦੀਵਾਲੀ ਅਸੀਂ ਇਕੱਠੇ ਮਨਾਉਂਦੇ ਆ, ਐਰਕੇ ਦੀ ਫੈਮਿਲੀ ਫੈਮਿਲੀ ਨਾਲ ਮਨਾਵਾਂਗੇ। ਐਰਕੇ ਮੈਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਜਾਣਾ ਵਾ, ਇਹਨਾਂ ਨੇ ਵੀ ਜਾਣਾ, 5-10 ਮਿੰਟ ਬੈਠੇ ਆ ਹੁਣ ਦੀਵਾਲੀ ਕਰਕੇ ਸਾਰੀ ਬਿਜ਼ੀ ਆ। ਕਿੱਦਾਂ ਵੀਰੇ ਵਲੌਗ ਕਿ ਵੀ ਰਹੀ ਜੂਗਾ? ਕੌਣ ਤੁਸੀਂ ਜੀ? ਦਿਵਾਲੀ ਵਾਲਾ ਆਪਣੇ ਵਲੌਗ ਦੇ ਆਪਾਂ ਜਦ ਬਣਾਵਾਂਗੇ। ਨਹੀਂ ਨਹੀਂ, ਉਹ ਭੈਣ ਦਾ ਵੀਰਾ ਪਟਾਸ। ਤੇ ਬਾਕੀ ਆਪਣੇ ਸਿੰਗਰ ਭਰਾ ਦਾ ਵੀ ਇੱਕ ਜਲਦੀ ਜਲਦੀ ਗਾਣਾ ਆ ਰਿਹਾ। ਹਾਂਜੀ ਹਾਂਜੀ, ਵਾਹ ਆ ਰਹੇ ਭਰਾ, ਕਰ ਰਹੇ ਆ। ਮੈਨੂੰ ਬਹੁਤ ਮੈਸੇਜ ਆਉਂਦੇ ਨੇ ਕਿ ਅਮਨ ਤੋਂ ਗਾਣਾ ਕਢਾਓ। ਹਾਂ ਬਸ ਹਰਸ਼ ਨੂੰ ਆਪਾਂ ਸੁਣਾਇਆ ਗਾਣਾ, ਕਹਿੰਦੇ ਘੈਂਟ ਆ। ਮੈਂ ਬਹੁਤ ਵਾਰੀ ਕਹਿਣਾ ਕਿ ਗਾਣਾ ਵੀ ਕੱਢ ਹਨਾ, ਕੱਢ ਦੇ ਹੁਣ, ਮੈਂ ਵੀ ਰਿਕੁਐਸਟ ਹੀ ਕਰਦਾ। ਵਾਹ, ਕਰ ਦੇਣਾ ਵਾ, ਬਹੁਤ ਠੀਕ ਆ। ਹਾਂ ਤੇ ਸਪੋਰਟ ਕਰਦੇ ਉਹਨੂੰ ਪੂਰੀ, ਤੇ ਪੈਸੇ ਪੂਸੇ ਜੋੜੀ ਜਾਂਦੇ ਆ ਬਸ। ਨਹੀਂ ਜੋੜਨੇ ਕਿ ਬਹੁਤ ਆ ਮੇਰੇ ਭਰਾ ਕੋਲੇ। ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ। All right.
सब तो पहला आप चलावे शॉर्ट तुम चलाओ नहीं तुम कह रहे थे ना मैं हाँ देखते हैं नहीं नहीं चल जो चक्कर नहीं जा ट्राई तो करो नहीं ट्राई करो लागी लागी सही सही है पता नहीं कौन कह रहा है मैं पटाके बहुत ही ज्यादा चला वा बाद चो 120 स्पीड से भजी दूं पता लग गया ठीक है 120 स्पीड से भजे स्पीड तो बहुत तेज सी कौन कहता सेकंड बार ट्राई किया फर्स्ट टाइम ये चलाया से सही नहीं चला सका हम देखते हैं ये दूजे आ पटाका तो भाई ਬਈ ਜਿਹੜੇ ਉਹ ਪਟਾਕੇ ਲਿਆਂਦੇ ਸੀਗੇ ਆਹ ਵਾਲੇ ਇਹ ਪਟਾਕੇ ਸੀ ਲਿਆ ਕੇ ਬਹੁਤ ਹੀ ਦਾ ਵੇਸਟੇਜ ਕੀਤੀ ਹਨਾ ਅਸੀਂ ਚਾਰ ਲਿਆਂਦੇ ਸੀਗੇ ਇਦਾਂ ਦੇ ਤੇ ਜਮਾ ਨਹੀਂ ਚੱਲੇ ਯਾਰ ਆਹ ਲਿਆਂਦੇ ਤਾਂ ਚੱਲਣੇ ਹੀ ਆ ਤੁਹਾਨੂੰ ਪਤਾ ਹੀ ਆ ਉਹ ਹਲੇ ਵੀ ਰਹਿੰਦੇ ਆ ਕਿਹੜੇ ਆਹ ਨਹੀਂ ਨਹੀਂ ਰਹਿੰਦੇ ਤਾਂ ਨਹੀਂਗੇ ਮੇਰੇ ਮੂੰਹ ਵਾਲ ਨਾ ਹੋਏ ਕਾਹੀ ਗਏ ਮੈਂ ਇਹ ਤਾਂ ਦੇਖਿਓ ਹੁਣ ਨਹੀਂ ਨਹੀਂ ਇਹ ਨਹੀਂ ਡੱਗਦਾ ਵਾ नहीं कटता सीगा पेपर भी ए बढ़िया चलन गए तो ये वाले टाइम ही आ दूजे चला के तो पता ही लग रहा दिवाली है की आ तू फिर तू नहीं चला रहा है तू साइड ते क्यों खड़ा वा वैसी क्यों ए किया ए बढ़िया ना ए नहीं मुक्का साढ़े चौड़ साइड च नहीं नहीं जल्दी मुक्का दे बहुत चले हम तो फल चढ़ी अग लाओ नहीं मौक गए अच्छा है गया जागता रही ये को जावा या ना जावा चल जाई वड़दा होर जा के चल जान डर ही लगता चलो रह दो दोने सारी चलाई जाने उत्थे आस्तबाजियां वगैरह चला लो कोमल चला ला बरे यार तेनू गाला कढ के चलावा उठ मेहनत करनिया पैंदियां बंद देख लो पटाकिया
ਕੋਮਲ ਆ ਚਲਾਈ ਸੀ ਜਾਣ ਕੇ ਫਿਰ ਮੇਰੇ ਗੱਲ ਦੀ ਕੋਈ ਕੱਢੀ ਮੈਂ ਕਹਿ ਰਹੀ ਕੋਮਲ ਨੂੰ ਆ ਜਾ ਆ ਜਾ पटाके पे सारी चलने ची तो पाके चलाई टेडी हो गई चली मैं पटाका पटूका नहीं मारू मम्मी देखी मम्मी नहीं चलने गे मैं तुम दस दिना एनु आए है मन च भुलेखा ये आ कागज लाउन चलन लग जाता चलूगा पटाका पटूका कोई है ही नहीं वेस्टेज ऑफ मनी आ क्या सी ना तेनू एवं है भाई ये तो एवं आ ये ना ले मेरे भुल गए ये तो बेइज्जती कराने वाला काम जा वा ये तो जवाक ही शॉर्ट्स दे ये चक्री वाले पर सही तरीके ना चलते नहीं पर चलते अरे पर सही तरीके ना नहीं चलते डैडी कहता बस मैं एक छोटी चलना ही अभी चलूगा ध्यान ठंड लगती पटाके नहीं चला रही तो मैं करके मैं गुआंढी गल की थी मोरक्की ब्लॉग च देख लो प्रॉपर्टी चलाई ये तुसी चलाया सीधी थोड़ी आंदी होंगी अस्तवाजी पिछे हो जाए मम्मी चला
मम्मी चुन्नी साहब के अपनी नहीं कोई चक्कर नहीं भजना कैमरामैन ज्यादा डर रहा है। सब तो बेस्ट लगी देनी इधर ना मारी कैमरा में पहले मारी है कूंड आ गया चक्री दो चलाइए अपना पहला ही होया वा पटाके वास्तवें चला लगी पहला नहीं करे नहीं गई
ਹੌਸਲਾ ਬਸ ਉਹ ਵੀਰ ਜੀ ਕਰਕੇ ਕਹਿ ਰਿਹਾ ਵੀ ਘਰੇ ਨਹੀਂ ਗਈਗੀ ਭਲਾ ਗਈ ਉਹਨੇ ਦੇ ਘਰੇ ਹੀ ਹੋਵੇ ਇੱਕ ਨੂੰ ਤੁਸੀਂ ਲਾਓ ਆ ਕੀ ਸੀਗਾ ਇਹ ਕੋਮਨ ਚਲਾਈ ਸੀ ਤਾਂ ਜਿਹੜੀ ਤੁਸੀਂ ਚਲਾਉਣੀ ਹੈ ਹੈਲੋ ਫੁੱਲ ਜੜੀ ਲੱਗਿਆ ਵਾ ਨਹੀਂ ਯਾਰ ਨਹੀਂ ਚੱਲ ਜਾਣੀ ਹੱਥ ਰੱਖ ਕੇ ਇੱਧਰ ਚਲਾਓ ਨਾ ਤੁਸੀਂ ਖਤਮ ਹੋ ਗਈ ਉਹ ਚੱਲ ਪਈ ਥੋੜੇ ਹੱਥ ਤੇ ਲੱਗ ਰਿਹਾ ਹਾਂ ਨੇਲ ਲੱਗ ਸਕਦਾ ਓਹੋ ਮੇਰਾ ਪਹਿਲਾ ਜਾਲ ਤਾਂ ਗਿਆ ਨੇਲ ਜਾਲੋ ਪਤਾ ਨਹੀਂ ਕੌਣ ਕਹਿ ਰਿਹਾ ਮੇਰਾ ਬਹੁਤ ਡੱਗ ਚਲਾ ਮੈਂ ਬਹੁਤ ਚਲਾਇਆ ਮੈਂ ਹੱਥ ਚਲਾਇਆ ਇਹ ਨਾ ਮੈਂ ਕੁੱਬਾ ਅਰਸ਼ ਆ ਜਾਓ ਆ ਚਲਾ ਲਓ ਕੁਛ ਨਹੀਂ ਹੁੰਦਾ ਤੁਹਾਨੂੰ ਆ ਲਾ ਲਓ ਫਿਰ ਤਾਂ ਮੈਂ ਚਲਾ ਦੇਣਾ ਇੰਨਾ ਟਾਈਮ ਚਲਾਉਂਦਾ ਮੈਂ ਨਵਾਂ ਲਿਆਇਓ ਪਟਾਕਾ ਤਾਂ ਵਿਚਾਰੀ ਨੇ ਮਾਰਿਆ ਨੀ ਗਾ ਚੱਲ ਬਾਈ ਬਹੁਤ ਚਲਾ ਲਿਆ ਹੁਣ ਪਟਾਕੇ ਹੁਣ ਚਲਾਵਾਂਗੇ ਸ਼ਾਰਟਸ ਟੀ ਵਾਲੇ ਜੇ ਦੀ ਮਾੜੀ ਜਿਹੜੇ ਮੈਨੂੰ ਤੂੰ ਹੀ ਦੇ ਦੇ ਕਿਹਦੀ ਇਹਦੀ ਆਧਾਰੀ ਮੈਂ ਇੱਥੇ ਫੜੀ ਉਹ ਦੂਜੀ ਨਹੀਂ ਲੈਣੀ ਉਹ ਇੱਕ ਵੱਡੇ ਦੀ ਪਈ ਆ ਅੱਛਾ ਵੱਡੇ ਦੀ ਪਈ ਆ ਤੂੰ ਹੀ ਆਧਾਰੀ ਮੰਗਦਾ ਦੇ ਲੋ ਆਹੋ ਮੈਂ ਕਿਹਾ ਚੱਲ ਬਾਅਦ ਚੋਂ ਆਪਾਂ ਕਰ ਲਾਂਗੇ ਕਹਿੰਦਾ ਬਾਅਦ ਚੋਂ ਕਰ ਲਾਂਗੇ ਬਾਅਦ ਚੋਂ ਕਰ ਲਾਂਗੇ ਕੋਈ ਚਲਾਓ ਚਲਾਓ ਕੋਈ ਨਹੀਂ ਬਹੁਤ ਲੰਮੀ ਆ ਬਹੁਤ ਲੰਬੀ ਆ ਭੱਜਣ ਦੀ ਲੋੜ ਕੋਮਲ ਕਹਿੰਦਾ ਮੈਂ ਉੱਤੇ ਖੜਨਾ ਹੁਣ ਚੁੱਪ ਹੋ ਗਿਆ ਨਹੀਂ ਅੱਗ ਲੱਗ ਗਈ ਸੀ ਨਾ ਤਾਂ ਕਰਕੇ ਚੱਲੂਗਾ ਤੂੰ ਹੀ ਵੱਡੀ ਇਹਦੀ ਮੈਂ ਡਰ ਗਿਆ ਇਹ ਨੀ ਮੁੱਕਦੇ ਬਾਈ ਆ ਨੀ ਚੱਲਿਆ ਸਹੀ ਨਾ ਆ ਡਿੱਗਿਆ ਕਿੱਥੇ ਆ ਗਏ ਇਹ ਨੀ ਮੁੱਕਦੇ ਨਹੀਂ ਨਹੀਂ ਮੇਰੇ ਤੇ ਵੀ ਡੱਗ ਦਿੱਤੇ ਆੜੇ ਯਾਰ ਘੈਂਟ ਆਇਆ ਇਹ ਵਧੀਆ ਵਾ ਇਹ ਲੈ ਸਕਦੇ ਪਰ ਦੂਜੇ ਨਾਲ ਲਿਓ ਜਿਹੜੇ ਆਏ ਆ ਘੈਂਟ ਸੀਗੇ ਮੁੱਕ ਗਏ ਕੋਲੇ ਜਾ ਸਕਦਾ ਆਹ ਪਤਾ ਨਹੀਂ ਕਿਉਂ ਲਾਸਟ ਜਗਦੀ ਹੁੰਦੀ ਆ ਵਿਆਹ ਵਾਲੇ ਦਿਨ ਆਹ ਵਾਲੇ ਬੰਦੇ ਨੇ ਪਟਾਕੇ ਚਲਾਏ ਆ
ਤੇ ਦੋਨੇ ਤੂਈਆਂ ਜੋੜ ਕੇ 100 ਵਾਲਾ ਪਟਾਕਾ ਸੀਗਾ ਹੁਣ ਵਾਲਾ ਸੀਗਾ ਉਹ 100 ਵਾਲਾ ਸੀ ਉਹ ਘੱਟੋ ਘੱਟ 20 ਪਤਾ ਨਹੀਂ 30 ਸੈਕਿੰਡ ਚੱਲਿਆ ਨਹੀਂ ਨਹੀਂ ਕਿਤੇ ਨਹੀਂ ਆਉਂਦੀ ਧੁੰਦ ਘੱਟੋ ਘੱਟ 20 ਸੈਕਿੰਡ ਚੱਲਿਆ 100 ਵਾਲਾ ਪਟਾਕਾ ਇਹਨਾਂ ਨੇ ਦੋਨੇ ਤੂਈਆਂ ਜਿਹੜੀਆਂ ਹੁੰਦੀਆਂ ਨਾ ਇੱਕ ਤੂਈ ਇੱਥੇ ਹੁੰਦੀ ਆ ਤੇ ਇੱਕ ਇੱਥੇ ਹੁੰਦੀ ਆ ਦੋਨੇ ਤੂਈਆਂ ਨੂੰ ਅੱਗ ਲਾਤੀ ਤੇ ਵੀਰੇ ਮੇਰੇ ਕੋਲ ਵੀਡੀਓ ਹੈਗੀ ਆ ਵਲੌਗ ਵੀ ਅੱਗੇ ਆਈ ਜਾਣੇ ਤੁਹਾਨੂੰ ਪਤਾ ਲੱਗ ਜਾਣਾ ਤੇ ਮੰਨਣ 'ਚ ਨਹੀਂ ਆਉਂਦਾ ਫਿਰ ਮੈਨੂੰ ਵੀਡੀਓ ਦਿਖਾਈ ਆ ਬੰਦੇ ਨੂੰ ਮੈਂ ਮੰਨ ਰਿਹਾ ਹਾਂ ਹੁਣ ਤਾਂ ਮੰਨੇ ਕਿ ਤੈਨੂੰ ਵੀਡੀਓ ਦਿਖਾਈ ਆ ਨਾ मम्मी हाथ नहीं चलाई जाते मैं सब डरता है तो मम्मी डर दे मम्मी आली बड़ी इधर आओ मम्मी शॉर्ट चलो इधर आओ मम्मी हेलो हेलो उत्ते कर दिया दो चक्की करते हो ना एक ना अग ना लगी दूजे ला दू थोड़े फुरती चाहे हूँ ओहो हाथ जी मम्मी जी क्यों क्या मम्मी ओहो बुझ गया ओ मम्मी 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 खत्म है खिलाड़ी बनी पई है मम्मी हाथ जी चला रहे हैं ਬਈ ਐਂ ਆ ਫਿਰ ਉਹਨਾਂ ਨੂੰ ਅੱਗ ਲਾਇਓ ਮੇਰੀ ਕਾ ਬੁੱਧ ਨਹੀਂ ਦੇ ਦੇ ਇਹਨਾਂ ਨੂੰ ਆ ਮੈਂ ਕਹਿੰਦਾ ਇਧਰ ਜਿਆਦਾ ਖੜੀ ਆ ਸਾਰਿਆਂ ਦੇ ਜਿਆਦਾ ਖੜੀ ਆ ਸਾਰਿਆਂ ਦੇ ਜਿਆਦਾ ਖੜੀ ਇਹ ਫਿਰ ਚਲਾਈ ਵੀ ਮੰਮੀ ਜੀ ਨੇ ਹਨਾ ਬੈਠੀ ਆ ਇਧਰ ਆ ਜੋ ਐਕਸਪੈਰੀਮੈਂਟ ਇਧਰ ਹੋ ਗਿਆ ਹੋ बेचारा ऑटोमेटिकली हो गया बंद हो गया ना नहीं लगी तुसी जेड़ा लाइटर फड़िया बहुत गलत फड़िया है तरीके ना लाओ ਹਾਂ ਲੱਗੀ ਲੱਗ ਗਿਆ ਨਾ ਹੱਥ ਨੂੰ ਮੰਨ ਜੋ ਹੱਥ ਨੂੰ ਲੱਗਿਆ ਮੇਰੇ ਵੀ ਪਹਿਲਾਂ ਸੇਕ ਪਿਆ ਸੀ ਨਾ ਹੱਥ ਨੂੰ ਹਾਂ ਫੇਰ ਉਹ ਤੁਸੀਂ ਫੜਿਆ ਲੈਟਰ ਗਲਤ ਆ ਨਹੀਂ ਨਹੀਂ ਕੈਂਸਲ ਹੀ ਨਾ ਨਹੀਂ ਨਹੀਂ ਅੱਜ ਮੈਂ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਹੀ
ਜੋ ਮਰਜ਼ੀ ਕਰ ਲਾ ਭਰਾਵਾ ਪਰ ਮੇਰੇ ਹਲੂ ਨਾ ਛੱਡੀ ਹੁਣ ਇਹ ਪਤਾ ਨਹੀਂ ਕੀ ਹੋਊਗਾ ਬਸ ਹੋਊਗਾ ਜਿਹੜਾ ਕੋ ਕੀ ਚਲਾਈ ਕੋਲ ਚ ਕੀ ਰੱਖਿਆ ਜੀ झाड़ू लैके आओ कट्ठी करिए उधर मम्मी जी पंगे ले रहे हूं मम्मी जी कहते मैदान में पहुंच चुके आ थोड़ा लेट आए आ पर इन्हों तुम आ गलत फट रहे हो लगा के मम्मी नू चल पिया शॉर्ट सारा ढकन सी उठ गया मम्मी ने ਤੂਆ ਪੈ ਗਿਆ ਪਰ ਬਚ ਗਿਆ ਸਹੀ ਗੱਲ ਆ ਬਚ ਗਿਆ ਨਹੀਂ ਤਾਂ ਮੰਮੀ ਦਾ ਜੋਗ ਜਣ ਹੋਣਾ ਸੀ ਮੇਰਾ ਹੱਥ ਮਚਾਉਣ ਵਿੱਚ ਮੈਂ ਤਾਂ ਕਿਹਾ ਇਹਨੇ ਸਰਦੀ ਜਾ ਕੇ ਵੱਜੀ ਗਵਾਂਢੀਆਂ ਦੇ ਉਹ ਥੱਲੇ ਚਲਾ ਰਹੇ ਆ ਉਹਨਾਂ ਨੂੰ ਸਿੱਧੀ ਹੋ ਗਈ ਸੀ ਜਿਹਦੇ ਖੋਜ ਚਲਾਤੀ ਹਾਂਜੀ ਲੈਡਰ ਦੇ ਕੋਈ ਲੈਡਰ ਆ ਦੇ ਭਾਬੀ ਭਾਬੀ ਜੀ ਨੂੰ ਲੱਗ ਰਹੀ ਆ ਠੰਡ ਠੰਡ भाई हम थोड़ा डेंजर मोड बच आए हैं तेरी शर्ट वाइट हो गई मैं ये मेरे भी कंध ना लग लुके हो गई गर्दा ही है कोई चक्कर नहीं भैया लास्ट रह गया लास्ट मेरे वालों मेरे हाथ आ डिग गया नहीं का नहीं हाय हाय ए चलया स्वाद नाल कई कहना ही पड़ना हुन थोनू पता नहीं साइंटिस्ट ही सी ना ਕੀ ਐਕਸਪੈਰੀਮੈਂਟ ਸੀ ਉਹਨਾਂ ਚ ਕੀ ਜਗ੍ਹਾ ਸੀ ਦੇਖਿਆ ਉਹ ਮੇਰਾ ਐਕਸਪੈਰੀ ਉਹ ਜਗ੍ਹਾ ਦੇਖਿਓ ਮੜਿਆ ਉਹਦਾ ਜਿਹੜਾ ਨਹੀਂ ਨਹੀਂ ਉਹ ਮੇਰਾ ਬੱਚਾ ਦੇ ਮਸਾਲਾ ਪਾਇਆ ਸੀ ਤੁਸੀਂ ਤੇ ਉਹਦਾ ਭਰਾਵਾ ਜਿਹੜਾ ਰਾਤ ਤੋਂ ਬਾਅਦ ਵਿੱਚ ਹੁੰਦਾ ਮਸਾਲਾ ਇੱਥੇ ਵੀ ਕੋਈ ਸਾਹਿਬ ਨੇ ਪੋਰਤੀ ਇਕੱਠੀ ਕਰਨ ਦਾ ਉਹਨਾਂ ਨੂੰ ਚੱਕ ਦਿੱਤੀ ਸੀ ਬਹਿ ਉਹ ਵੀ ਹਲ ਹੋ ਗਈ ਸੀ ਸਿੱਧੀ ਇਹ ਭਾਈ ਇੱਕ ਵੀ ਸੂਟ ਤੇ ਮਾੜਾ ਜਿਹਾ ਦਾਗ ਪੈ ਗਿਆ ਮਤਲਬ ਗਲੀ ਨਿਕਲ ਗਈ ਫਿਰ 3000 ਰੁਪਿਆ ਦਾ ਸੂਟ ਮੈਨੂੰ ਵੀ ਲੈ ਕੇ ਦੇਣਾ ਪੈਣਾ 3-4 ਦੀਵਾਲੀ ਮੈਨੂੰ ਵੀ ਮਹਿੰਗੀ ਪੈਣੀ ਆ ਵਿੱਚ ਕੀ ਆ ਜਾ ਵੀਰੇ
ਸੀ ਐਕਸਪੈਰੀਮੈਂਟ ਸੀ ਸ਼ੁਕਰ ਆ ਕੁਝ ਹੋਇਆ ਨਹੀਂ ਮੈਨੂੰ ਲੱਗਾ ਲੈ ਮੰਮੀ ਦੇ ਸੂਟ ਵਿੱਚ ਗਲੀ ਨਿਕਲ ਗਈ ਜੇ ਇਹਦੇ ਵਿੱਚ ਵੱਜ ਗਈ ਇਹਦੇ ਵਿੱਚ ਲੱਗੀ ਰਹੀ ਨਹੀਂ ਸਿੱਧੀ ਨਹੀਂ ਗਈ ਹੁੰਦੀ ਸੀ ਉਹ ਜਿਹੜੇ ਮੇਰੇ ਕੋਲ ਇਹਨੇ ਪਟਾਕੇ ਪਾਏ ਸੀ ਪਟਾਕੇ ਕਿੱਥੇ ਪਏ ਹੁਣ ਤਾਂ ਕੋਈ ਹੈ ਹੀ ਨਹੀਂ ਪਟਾਕਾ ਵਿਚਾਰਾ ਹਾਂ ਉਸ ਤੋਂ ਬਾਅਦ ਇੱਕ ਹੋਰ ਪਈ ਆ ਉਸ ਤੋਂ ਬਾਅਦ ਹੋਰ ਵੀ ਨਿਕਲ ਚੱਲ ਜਾਂਦੀ ਇਹ ਵੀ ਐਕਸਪੈਰੀਮੈਂਟ ਲਾ ਰਹੇ ਆ ਰੁਕ ਕੇ ਠੀਕ ਉਹਨੂੰ ਮੈਂ ਕਰਦਾ ਏ ਮੰਮੀ ਪਹਿਲਾਂ ਜੱਗੀ ਫਰਦੇ ਦੋ ਨਾਲ ਜਿਹੜੀ ਵਿੱਚ ਇਹਦੇ ਵਿੱਚ ਕਿਵੇਂ ਚੱਲ ਜਾਊਗੀ ਚੱਲੂਗੀ ਉਹ ਪਹਿਲਾਂ ਫੁੱਲ ਚੜੀ ਚੱਲੀ ਸੀ ਬਰੇ ਐ ਨਹੀਂ ਮਾਈਂਡ ਅੱਛਾ ਐ ਪਾਉਣੀ ਆ ਹਾਂ ਲੈ ਇਹ ਹੁਣ ਕੋ ਸਭ ਜ਼ਿਆਦਾ ਭੋਰ ਲੱਗੇ ਨੇ ਤੇ ਇਕੱਠੀ ਆਪਾਂ ਰੋਕ ਕੇ ਕਰਾਂਗੇ ਇਕੱਠੀ ਫਿਰ ਨਾਲ ਹੀ ਨਾਲ ਸਾਰੇ ਦੇ ਕੋ ਸਭ ਥੱਲੇ ਵੀ ਕੋ ਸਭ ਤੇ ਮੇਰੇ ਨਾਲ ਹੂੰ ਚਲਾ ਬਾਈ ਤੂੰ ਹੀ ਚਲਾ ਇਹ ਇੱਕ ਮਿੰਟ ਤੇਰੀ ਤੇਰੀ ਬਣਾਈ ਆ ਸਾਡਾ ਕੈਮਰਾਮੈਨ ਥੋੜਾ ਟਾਲੀ ਜਾ ਡੈਗਦਾ ਫਿਰਦਾ ਅੱਜ ਦੀਵਾਲੀ ਕਰਕੇ ਥੋੜੀ ਵੱਧ ਮਿਲੀ ਤਾਂ ਖੁਸ਼ੀ ਵਾਲੀ ਸੀ ਨਾ ਦੀਵਾਲੀ ਦੀ ਹਾਂ ਇਹ ਲੈ ਕੇ ਦਿੱਤੀ ਸੀ ਦੀਵਾਲੀ ਤੇ ਇਹਨੇ ਮੈਨੂੰ ਬੋਤਲ ਲਿਆ ਕੇ ਦਿੱਤੀ ਦੀਵਾਲੀ ਤੋਂ ਕੁਝ ਬੁਰੇ ਲੋਕ ਦੀਵਾਲੀ ਨੂੰ ਦਾਰੂ ਪੀ ਕੇ ਮਨਾਉਂਦੇ ਹਨ ਉਹ ਬੁਰੇ ਲੋਕ ਪਤਾ ਨਹੀਂ ਸੀ ਕੈਮਰਾਮੈਨ ਹੀ ਹੋਣਗੇ ਇੰਨੇ ਬੁਰੇ ਲੋਕ ਸ਼ਰਾਬ ਤੋਂ ਬਹੁਤ ਮਾੜੀ ਆ ਕੋਈ ਵੀ ਚੀਜ਼ ਆ ਇੰਜੋਏ ਕਰੋ ਹਰੇਕ ਚੀਜ਼ ਤੋਂ ਬਿਨਾ ਫੈਮਿਲੀ ਇੰਜੋਏ ਕਰੋ ਸਹੀ ਗੱਲ ਆ ਬੁਰੇ ਖਾਣੇ ਬਰਫੀ ਖਾ ਲੋ ਹਾਂ ਚਲਾ ਜਾ ਲੈ ਮੰਮੀ ਨਹੀਂ ਲੱਗੀ ਅੱਗ ਨੂੰ ਨਹੀਂ ਲੱਗੀ ਮੰਮੀ ਅੱਗ ਨੂੰ ਲਾਓ ਨਾ ਭਾਈ ਉਹੀ ਗੱਲ ਆ ਲਾਸਟ ਕਹਿ ਰਹੀ ਕਿ ਫੁੱਲ ਝੜੀਆਂ ਜੇ ਵੱਜ ਜਾਂਦੀਆਂ ਵਾ ਬਸ ਦੇਖੀ ਜਾਓ ਹੁਣ ਕਹਾਣੀ ਹੋਣਾ ਦੋ ਮਿੰਟ ਕੀ ਸੀ ਉਹ ਸਭ ਝਾੜੂ ਲੈ ਕੇ ਜ਼ਿਆਦਾ ਭੋਰਤੀ ਹੋਈ ਤਿੰਨ ਚਾਰ ਵਾਰੀ ਭੋਰਤੀ ਇਕੱਠੀ ਕਰੋ ਮੜੀ ਜਾ ਕੇ ਯਾਰ ਬਾਕੀ ਉੱਥੇ ਹੈਗਾ ਪੈਂਟ ਕਰਦੇ ਆ ਬਲੌਗ ਆ ਜਾਓ ਨਹੀਂ ਮੈਂ ਸੂਟ ਨਾਲ ਹੀ ਲਾਉਂਦਾ ਮੇਰੇ ਨੁਕਸਾਨ ਵਧਣਾ ਕੋਈ ਚੱਕਰ ਨਹੀਂ ਤਾਂ ਹਾਂਜੀ ਗਾਇਸ ਇਹ ਸੀਗਾ ਆਪਣਾ ਅੱਜ ਦਾ ਬਲੌਗ ਸਾਰਿਆਂ ਨੂੰ ਦੱਸਿਓ ਬਲੌਗ ਕਿੱਦਾਂ ਲੱਗਾ ਬਾਕੀ ਇੱਦਾਂ ਦੇ ਬਲੌਗ ਹੋਰ ਦੇਖਣ ਲਈ ਚੈਨਲ ਨੂੰ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਅਤੇ ਹੁਣ ਬੈਲ ਆਈਕਨ ਔਨ ਕਰ ਲਿਓ ਸਾਰਿਆਂ ਨੇ ਤਾਂ ਬਾਏ ਬਾਏ ਗਾਇਸ ਹੈਪੀ ਦੀਵਾਲੀ ਬਾਏ ਇਹ ਨਹੀਂ ਹਟਦਾ ਬਾਈ ਇਹ ਤਾਂ ਪੰਗੇ ਲੈਂਦਾ ਰਹਿੰਦਾ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਹੀ ਮਿਲਦੇ ਹੁਣ ਬਾਏ ਬਾਏ ਮੇਰੇ ਤਰ੍ਹਾਂ ਚਲਾ ਨਹੀਂ ਭਲਾਵਾ ਪਹਿਲਾਂ ਮੇਰੇ ਚਲਾਉਣ ਲੱਗਾ ਏ ਅਤੇ ਹੋਪ ਕਰਦੇ ਹਾਂ ਸਾਰੇ ਦੀਵਾਲੀ ਬਹੁਤ ਹੀ ਜ਼ਿਆਦਾ ਵਧੀਆ ਗਈ ਹੋਊਗੀ ਅਤੇ ਸਾਰਿਆਂ ਨੇ ਆਪਣੇ ਘਰਦਿਆਂ ਨੂੰ ਇੰਜੋਏ ਕਰਿਆ ਕਰੋ ਅਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ।